ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂੰਨ। ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਜੀ ਸਾਡੇ ਨਾਲ ਨੇ। ਗਿਆਨੀ ਜੀ, ਜਥੇਦਾਰੀ ਜਿਹੜਾ ਸੇਵਾ ਮਿਲਣ ਤੋਂ ਬਾਅਦ ਵੀ ਤੁਸੀਂ ਇੱਥੇ ਪਹੁੰਚੇ ਹੋ ਅਤੇ ਅੱਜ ਨਰਿੰਦਰ ਮੋਦੀ ਜੀ ਇੱਥੇ ਜਿਹੜਾ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ, ਕੀ ਕਹਿਣਾ ਚਾਹੋਗੇ? ਦੇਖੋ, ਗੁਰੂ ਨਾਨਕ ਦਾ ਦਰ ਐਸਾ ਹੈ, ਇੱਥੇ ਹਮੇਸ਼ਾ ਸ਼ਹਿਨਸ਼ਾਹ ਨਤਮਸਤਕ ਹੋਏ ਨੇ, ਅੱਜ ਕੋਈ ਨਵੀਂ ਗੱਲ ਨਹੀਂ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਮਾਨਨੀਏ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਕਿਸੇ ਰਾਜਨੀਤੀ ਕਰਕੇ ਨਹੀਂ, ਬਲਕਿ ਆਪਣੀ ਸ਼ਰਧਾ, ਆਪਣਾ ਪਿਆਰ ਗੁਰੂ ਨਾਨਕ ਦੇ ਚਰਨਾਂ 'ਚ ਭੇਟਾ ਕਰਨ ਵਾਸਤੇ ਆਏ ਨੇ ਔਰ ਬਹੁਤ ਖੁਸ਼ ਨੇ। ਉਹ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਏ ਨੇ, ਉਹਨਾਂ ਦੇ ਨਾਲ ਬੀਬੀ ਹਰਸਿਮਰਤ ਕੌਰ ਜੀ ਬਾਦਲ ਸੈਂਟਰਲ ਮਿਨਿਸਟਰ ਨੇ, ਉਹ ਆਏ ਨੇ। ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਜੀ ਆਏ ਨੇ, ਹੋਰ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਆਈਆਂ ਨੇ। ਦਾਸ ਵੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਚੱਲ ਕੇ ਇਸ ਪਾਵਨ ਅਸਥਾਨ ਦੀ ਚਰਨ ਧੂੜ ਲੈਣ ਵਾਸਤੇ ਆਇਆ। ਇਹ ਸਾਡਾ ਮੱਕਾ ਹੈ, ਇੱਥੇ 14.5 ਸਾਲ ਗੁਰੂ ਨਾਨਕ ਨੇ ਨਿਵਾਸ ਕੀਤਾ। ਅੱਜ ਇਤਿਹਾਸ ਸਿਰਜਿਆ ਜਾ ਰਿਹਾ, ਕੋਰੀਡੋਰ ਖੁੱਲ੍ਹ ਰਿਹਾ, ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਜਿਹੜਾ ਬਿਨਾਂ ਵੀਜ਼ਾ ਤੋਂ ਹੋਣਗੇ। ਉਹ ਮੈਂ ਇਹ ਸੋਚਦਾ ਕਿ ਆਫਟਰ 72 ਈਅਰਸ ਗੁਰੂ ਨਾਨਕ ਨੇ ਫਿਰ ਦੋਵਾਂ ਦੇਸ਼ਾਂ ਦਾ ਹੱਥ ਫੜ ਲਿਆ। ਕੋਰੀਡੋਰ ਨੂੰ ਇੱਕ ਰੋਡ ਜਾਂ ਸੜਕ ਜਾਂ ਕੋਰੀਡੋਰ ਨਾ ਸਮਝੋ, ਗੁਰੂ ਨਾਨਕ ਨੇ ਦੋਵਾਂ ਦੇਸ਼ਾਂ ਦਾ ਫਿਰ ਹੱਥ ਫੜਿਆ ਔਰ ਮੈਂ ਹੋਪਫੁਲੀ ਗੁਰੂ ਨਾਨਕ ਦੇ ਚਰਨਾਂ 'ਤੇ ਸੀਸ ਰੱਖ ਕੇ ਪੂਰਨ ਵਿਸ਼ਵਾਸ ਨਾਲ ਕਹਿ ਸਕਦਾ ਕਿ ਉਹ ਦਿਨ ਜੇ ਬਰਲਿਨ ਵਰਗੀ ਦੀਵਾਰ ਗਿਰ ਸਕਦੀ ਹੈ ਤਾਂ ਇਹ ਤਾਂ ਕੋਈ ਵੱਡੀ ਗੱਲ ਨਹੀਂ। ਗੁਰੂ ਕਰੇ, ਸਾਰੇ ਅਰਦਾਸ ਕਰੋ ਕਿ ਸਾਰੀ ਦੁਨੀਆ ਦੇ ਦੇਸ਼ਾਂ ਦੀਆਂ ਦੀਵਾਰਾਂ ਗਿਰ ਜਾਣ ਅਤੇ ਦਿਲ ਮਿਲ ਜਾਣ। ਅੱਜ ਦਿਲਾਂ ਨੂੰ ਮਿਲਣ ਦਾ ਦਿਨ ਹੈ। ਗੁਰੂ ਨਾਨਕ ਨੇ 9 ਖੰਡ ਪ੍ਰਿਥਵੀ ਦਾ ਚੱਕਰ ਲਾ ਕੇ ਦਿਲਾਂ ਨੂੰ ਦਿਲਾਂ ਨਾਲ ਮਿਲਾਇਆ, ਪਰਮਾਤਮਾ ਨਾਲ ਮਿਲਾਇਆ। ਇਸ ਲਈ ਮੈਂ ਧੰਨਵਾਦੀ ਹਾਂ ਆਪਣੀ ਕੌਮ ਦੀ ਨੁਮਾਇੰਦਾ ਜਾਬ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਬਹੁਤ ਵੱਡੇ ਪੱਧਰ 'ਤੇ, ਆਪ ਕੋਈ ਅੱਗੇ ਨਹੀਂ ਆਇਆ, ਸਾਰਿਆਂ ਨੇ ਪਿੱਛੇ ਰਹਿ ਕੇ ਸੇਵਾ ਕਰ ਰਹੇ ਨੇ ਔਰ ਗੁਰੂ ਇਸ ਸੇਵਾ ਨੂੰ ਭਾਗ ਲਾਵੇ ਅਤੇ ਸਾਰਿਆਂ ਦੀ ਸ਼ਰਧਾ ਬਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਔਰ ਮਸਕੀਨ। ਦੇਖ ਸਕਦੇ ਹੋ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਮਾਗਮ ਨਿਰੰਤਰ ਜਾਰੀ ਨੇ। ਕੈਮਰਾ ਮੈਨੂੰ ਕਹਾਂਗੇ ਕਿ ਜ਼ਰੂਰ ਦਿਖਾਇਆ ਜਾਵੇ ਸੰਗਤਾਂ ਦਾ ਠਾਠਾ ਮਾਰਦਾ ਸੈਲਾਬ, ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਇਸ ਮੁਕੱਦਸ ਧਰਤੀ 'ਤੇ ਪਹੁੰਚ ਰਿਹਾ ਹੈ। ਬੇਸ਼ੱਕ ਪ੍ਰਧਾਨ ਮੰਤਰੀ ਦੀ ਆਮਦ ਹੋਈ ਹੈ ਅਤੇ ਪ੍ਰਧਾਨ ਮੰਤਰੀ ਦੀ ਆਮਦ ਤੋਂ ਬਾਅਦ ਵੀ ਜਿਹੜਾ ਕੁਛ ਸਮੇਂ ਦੇ ਲਈ ਸੰਗਤਾਂ ਨੂੰ ਦਿੱਕਤ ਆਈ ਸੀ, ਸਿਕਿਉਰਿਟੀ ਰੀਜ਼ਨ ਸਨ ਜਿਸ ਕਰਕੇ ਸੰਗਤ ਨੂੰ ਥੋੜ੍ਹਾ ਜਿਹਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਪਰ ਨਿਰੰਤਰ ਸੰਗਤਾਂ ਦੀ ਜਿਹੜੀ ਉਹ ਆਮਦ ਉਹ ਜਾਰੀ ਹੈ। ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ABP ਸਾਂਝਾ 'ਤੇ ਜਾ ਕੇ ਬੈਲ ਆਈਕਨ ਦਬਾਓ ਅਤੇ ABP ਸਾਂਝਾ ਨੂੰ ਸਬਸਕ੍ਰਾਈਬ ਕਰੋ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੇ ਭਰੋਸੇਯੋਗ ਚੈਨਲ ABP ਸਾਂਝਾ ਤੇ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।